ਜਗਦੀਪ ਸਿੰਘ ਧਰਮਸੋਤ, ਜ਼ਿਲ੍ਹਾ ਪ੍ਰਧਾਨ ਬਾਜੀਆ ਫਰੰਟ ਗੁਰਦਾਸਪੁਰ। ਮੈਂ ਪੰਜਾਬ ਸਰਕਾਰ ਕੋਲੋਂ ਮੰਗ ਕਰਦਾ ਹਾਂ ਦਲਿਤ ਭਾਈਚਾਰੇ ਦੇ ਲੋਕਾਂ ਵਾਸਤੇ ਕਿ ਪੰਜਾਬ ਸਰਕਾਰ ਜੋ ਗਰੀਬ ਲੋਕਾਂ ਲਈ ਸਿਹਤ ਸਹੂਲਤਾਂ ਲਈ ਕਾਰਡ ਇਸ਼ੂ ਕੀਤੇ ਨੇ, ਉਹ ਕਾਰਡ ਜਿਹੜੇ 5 ਲੱਖ ਰੁਪਏ ਦਾ ਹੈ, ਉਹ ਕਾਰਡ ਜਿਹੜਾ ਵਾ ਗਰੀਬ ਲੋਕਾਂ ਦੇ ਜਿਹੜੇ ਘਰ ਦੇ ਵਿੱਚ ਕੋਈ ਮਰੀਜ਼ ਓਪਰੇਸ਼ਨ ਵਾਸਤੇ ਜਾਂਦਾ ਡਾਕਟਰ ਸਾਹਿਬ ਕੋਲ ਮੈਡੀਕਲ ਕਾਰਡ, ਉਹ 5 ਲੱਖ ਦੇ ਵਿੱਚ ਸਮਝ ਲਓ ਵੀ 5 ਸਾਲਾਂ ਦੇ ਵਿੱਚ ਕੁਛ ਨਹੀਂ ਮਿਲ ਸਕਦਾ ਬਾਅਦ ਚੋਂ ਜੀ ਗਰੀਬ ਨੂੰ। ਇਹ ਆ ਕਿ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ SDM ਅਧਿਕਾਰੀ ਲਾਇਆ ਜਾਵੇ, ਕੋਈ ਅਧਿਕਾਰੀ ਲਾਇਆ ਜਾਵੇ ਜੋ ਗਰੀਬ ਨੂੰ 5 ਲੱਖ ਰੁਪਏ ਦੇ ਖਾਲੀ ਚੈੱਕ ਬੁੱਕ ਇਸ਼ੂ ਕੀਤੀ ਜਾਵੇ, ਜਿਨ੍ਹਾਂ ਨੇ ਡਾਕਟਰ ਦਾ ਹਸਪਤਾਲ ਦਾ ਖਰਚਾ ਆਇਆ 50,000 ਰੁਪਏ ਭਰ ਕੇ ਦਿੱਤਾ ਜਾਵੇ, 4.5 ਲੱਖ ਰੁਪਏ ਲਾਭਪਾਤਰੀ ਨੂੰ ਬਚ ਸਕੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਉਹਨੂੰ ਮਿਸਹੈਪਿੰਗ ਨਾ ਬਿਮਾਰ ਹੋਵੇ ਤਾਂ ਉਹ 4.5 ਲੱਖ ਰੁਪਏ ਉੱਥੇ ਹੋਰ ਕਿਸੇ ਖਰਚ ਕਰ ਸਕਦੇ। ਰਾਸ਼ਨ ਕਾਰਡ ਗਰੀਬਾਂ ਦੇ ਕੱਟੇ ਗਏ ਜੀ, ਇਹ ਰਾਸ਼ਨ ਕਾਰਡ ਗਰੀਬਾਂ ਦੇ ਕੱਟੇ ਗਏ ਆ, ਤਾਂ ਕਿ ਧਨਾਡਾ ਦੇ ਲਈ ਕੱਟੇ ਗਏ, ਤਗੜੇ ਬੰਦੇ ਨਹੀਂ ਕੱਟੇ ਗਏ ਨੇ। ਇਹ ਰਾਸ਼ਨ ਕਾਰਡ ਪਿੰਡਾਂ ਦੇ ਵਿੱਚ ਧੱਲੇਬਾਜ਼ੀ ਕਰਕੇ ਕੱਟੇ ਜਾਂਦੇ ਨੇ। ਇਹ ਪੰਜਾਬ ਸਰਕਾਰ ਨੂੰ ਫੀਲ ਆ ਕਿ ਗਰੀਬਾਂ ਦੇ ਜਿਹੜੇ ਆ ਮਿਲਦਾ ਵਾ, ਜੇ ਤੁਸੀਂ ਦੇਣਾ ਹੀ ਆ ਤੇ ਗਰੀਬਾਂ ਨੂੰ ਤਗੜੇ ਹੋ ਕੇ ਦਿਓ, ਕੋਈ ਗੱਲ ਨੀ, ਤੁਹਾਨੂੰ ਵੀ ਸੀਸਾਂ ਲੱਗਣਗੀਆਂ। ਅਪਾਹਜ ਲੋਕ ਜਿਹੜੇ ਜੀ ਪਿੰਡਾਂ ਆਪਣੇ ਹੁੰਦੇ ਜੀ, ਉਹ ਰਿਕਸ਼ੇ ਤੇ ਸਿਰਫ ਆਪਣਾ ਹੀ ਢੋਵਾ ਢਵਾ ਹੀ ਕਰਦੇ ਆ ਕਿਤੇ ਆਉਣ ਜਾਣ ਵਾਸਤੇ, ਪਰ ਉਹਨਾਂ ਨੂੰ ਕੋਈ ਆਮਦਨ ਦਾ ਕੋਈ ਸਾਧਨ ਨਹੀਂ ਹੁੰਦਾ। ਪੰਜਾਬ ਸਰਕਾਰ ਉਹਨਾਂ ਨੂੰ 5,000 ਰੁਪਈਆ ਮਹੀਨੇ ਦੀ ਪੈਨਸ਼ਨ ਦੇਵੇ, ਤਾਂ ਕਿ ਆਪਣਾ ਜੀਵਨ ਮਾੜਾ ਮੋਟਾ ਬਤੀਤ ਕਰ ਸਕਣ, ਵਧੀਆ ਤਰੀਕੇ ਨਾਲ ਕਰ ਸਕਣ। ਲੋਕਾਂ ਨੂੰ ਆਧਾਰ ਕਾਰਡ ਤੇ ਹੀ 2 ਲੱਖ ਰੁਪਈਏ ਦਾ ਕਰਜ਼ਾ ਪੰਜਾਬ ਸਰਕਾਰ ਦੇਵੇ, ਤਾਂ ਕਿ ਆਪਣਾ ਮਾੜਾ ਮੋਟਾ ਗੁਜ਼ਾਰਾ ਕੰਮ ਕਾਰ ਕਰਕੇ ਉਹ ਚਲਾ ਸਕਣ ਤੇ ਆਪਣੀ ਰੋਟੀ ਪਾਣੀ ਖਾ ਸਕਣ ਜੀ।